ਹਾਂਜੀ ਦੋਸਤੋ ਵੈਲਕਮ ਸਵਾਗਤ ਹੈ ਤੁਹਾਡਾ ਸਟੱਡੀ ਸ਼ਿਪ YouTube ਚੈਨਲ ਤੇ ਅੱਜ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਹੈ ਉਹ ਹੈ ਪੀਐਸਪੀਸੀਐਲ ਦੀ ਭਰਤੀ ਦੇ ਬਾਰੇ ਵੱਖ-ਵੱਖਰੇ ਵਿਗਿਆਪਨ ਜਿਹੜੇ ਆਏ ਸੀ ਪਿਛਲੇ ਦਿਨਾਂ ਦੇ ਵਿੱਚ ਪੀਐਸਪੀਸੀਐਲ ਦੇ ਵੱਲੋਂ ਵੱਖ-ਵੱਖ ਅਸਾਮੀਆਂ ਭਰਨ ਦੇ ਲਈ ਉਹਨਾਂ ਦੇ ਨਾਲ ਸੰਬੰਧਿਤ ਨਵੀਂ ਜਾਣਕਾਰੀ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਹਿਲੀ ਅਪਡੇਟ ਹੈ ਸੀਆਰਏ 306/24 ਦੇ ਨਾਲ ਸੰਬੰਧਿਤ ਸੋ ਇੱਕ ਪਬਲਿਕ ਨੋਟਿਸ ਸੀਆਰਏ 306/24 ਦੇ ਨਾਲ ਸੰਬੰਧਿਤ ਪੀਐਸ ਪੀਸੀਐਲ ਦੇ ਵੱਲੋਂ ਜਾਰੀ ਕੀਤਾ ਗਿਆ ਕਿ ਇਸ ਵਿਗਿਆਪਨ ਦੇ ਨਾਲ ਸੰਬੰਧਿਤ ਇਲੈਕਟ੍ਰੀਸ਼ੀਅਨ ਗ੍ਰੇਡ 2 ਜੂਨੀਅਰ ਪਲਾਂਟ ਅਟੈਂਡੈਂਟ ਜੂਨੀਅਰ ਪਲਾਂਟ ਅਟੈਂਡੈਂਟ ਕੈਮੀਕਲ ਤੇ ਲਾਅ ਅਫੀਸਰ ਗ੍ਰੇਡ 2 ਦੀਆਂ ਸਾਮੀਆਂ ਭਰਨ ਦੇ ਨਾਲ ਸੰਬੰਧਿਤ ਜਿਹੜੀਆਂ ਰਜਿਸਟ੍ਰੇਸ਼ਨ ਤੁਹਾਡੀ ਹੋਣੀ ਸੀ ਆਨਲਾਈਨ ਅਪਲੀਕੇਸ਼ਨ ਸਬਮਿਟ ਹੋਣੀ ਸੀ ਉਹ 20 ਮਾਰਚ 2024 ਤੋਂ ਸ਼ੁਰੂ ਹੋਣੀ ਸੀ ਪ੍ਰੰਤੂ ਚੋਣ ਜਾਬਤਾ ਲੱਗਿਆ ਹੋਣ ਕਾਰਨ ਜਿਹੜਾ ਲੋਕ ਸਭਾ ਦਾ ਚੋਣਾ 2024 ਦੇ ਕਾਰਨ ਚੋਣ ਜਾਬਤਾ ਲੱਗਿਆ ਹੋਇਆ ਆਦਰਸ਼ ਚੋਣ ਜਾਬਤੇ ਦੇ ਕਾਰਨ ਇਹ ਐਪਲੀਕੇਸ਼ਨ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਹੁਣ ਮੁਲਤਵੀ ਕਰ ਦਿੱਤੀ ਗਈ ਅਗਲੇ ਹੁਕਮਾਂ ਤੱਕ ਸੋ ਅਗਲੇ ਅਪਡੇਟ ਦੇ ਲਈ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਔਰ ਪੀਐਸਪੀਸੀਐਲ ਦੀ ਅਫੀਸ਼ੀਅਲ ਵੈਬਸਾਈਟ ਹੈਡੀ ਇਧਰ ਰਿਕਰੂਟਮੈਂਟ ਟੈਬ ਤੇ ਜਾ ਕੇ ਵਿਜ਼ਿਟ ਕਰਦੇ ਰਹੋ ਇਸੇ 306/24 ਸੀਆਰਏ ਦੇ ਨਾਲ ਸੰਬੰਧਿਤ ਅਪਡੇਟ ਅਗਲੀ ਅਪਡੇਟ ਹੈ 307/24 ਦੇ ਨਾਲ ਸੰਬੰਧਿਤ ਉਹਦੇ ਚ ਤੁਹਾਨੂੰ ਦੱਸ ਦਿਆ ਕਿ ਕੀ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਇਹ ਜਿਹੜੀਆਂ 307 ਨੰਬਰ ਸੀਆਰਏਸੀ ਇਹਦੇ ਅਧੀਨ ਟੈਕਨੀਸ਼ੀਅਨ ਗ੍ਰੇਡ 2 ਮਕੈਨੀਕਲ ਤੇ ਟੈਕਨੀਸ਼ੀਅਨ ਗ੍ਰੇਡ 2 ਇਨਸਟਰੂਮੈਂਟੇਸ਼ਨ ਦੀਆਂ ਅਸਾਮੀਆਂ ਭਰਨ ਦੇ ਲਈ ਵਿਗਿਆਪਨ ਜਾਰੀ ਕੀਤਾ ਗਿਆ ਸੀ ਔਰ ਇਸ ਵਿਗਿਆਪਨ ਦੇ ਰਾਹੀਂ ਜਿਹੜੀਆਂ ਅਸਾਮੀਆਂ ਭਰਨ ਦੀ ਜਿਹੜੀ ਰਜਿਸਟ੍ਰੇਸ਼ਨ ਸੀ ਆਨਲਾਈਨ ਐਪਲੀਕੇਸ਼ਨਸ ਮੰਗੀਆਂ ਗਈ ਸੀ ਉਹ 27 ਮਾਰਚ 2024 ਤੋਂ ਸ਼ੁਰੂ ਹੋਣੀਆਂ ਸੀ ਪਰੰਤੂ ਆਦਰਸ਼ ਚੋਣ ਜਾਬਤਾ ਲੱਗਿਆ ਹੋਣ ਕਰਕੇ ਲੋਕ ਸਭਾ ਚੋਣਾਂ 2024 ਦੇ ਕਾਰਨ ਇਹ ਹੈ ਵੀ ਰਜਿਸਟ੍ਰੇਸ਼ਨ ਹੈ ਜਿਹੜੀ ਮੁਲਤਵੀ ਕਰ ਦਿੱਤੀ ਗਈ ਹੈ ਅਗਲੇ ਹੁਕਮਾਂ ਤੱਕ ਪੀਐਸਪੀਸੀਐਲ ਦੇ ਵੱਲੋਂ ਸੋ ਇਹਦੇ ਨਾਲ ਸੰਬੰਧਿਤ ਅਗਲੀ ਜਿਹੜੀ ਨਵੀਂ ਅਪਡੇਟ ਆਏਗੀ ਜਿਹੜੀ ਸੰਭਾਵਤ ਬਿਨੇਕਰ ਨੇ ਉਹ ਪੀਐਸਪੀਸੀਐਲ ਦੀ ਵੈਬਸਾਈਟ ਚੈੱਕ ਕਰ ਸਕਦੇ ਆ ਨਵੀਂ ਮਿਤੀ ਦੇ ਲਈ ਹੋਰ ਅਪਡੇਟਸ ਦੇ ਲਈ ਰਿਕਰੂਟਮੈਂਟ ਟੈਬ ਤੇ ਜਾ ਕੇ ਜਾਂ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹਿ ਸਕਦੇ ਹੋ ਸੋ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇਗੀ ਆਪਣੇ ਸਾਥੀਆਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਕਾਫੀ ਤੁਹਾਡੇ ਮੈਸੇਜ ਔਰ ਕਮੈਂਟਸ ਆ ਰਹੇ ਸੀ ਕਿ ਰਜਿਸਟ੍ਰੇਸ਼ਨ ਅਜੇ ਸ਼ੁਰੂ ਨਹੀਂ ਹੋਈ 306 ਨੰਬਰ ਜਾਂ 307 ਨੰਬਰ ਵਿਗਿਆਪਨ ਦੇ ਰਾਹੀਂ ਜਿਹੜੇ ਅਸਾਮੀਆਂ ਭੰਦੀ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਸੋ ਇਹ ਹੁਣ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਹੈ ਨੋਟ ਕਰ ਲੈਣ ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਸੀ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਅਪਡੇਟ ਨਵੇਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਗੁੱਡ ਲੱਕ